ਮੈਂ ਤਾਂ ਵਿਧਾਨ ਸਭਾ ਸੈਸ਼ਨ 'ਚ ਵੀ ਦੋ ਵਾਰੀ ਬੋਲ ਚੁੱਕੀ ਹਾਂ, ਮੈਂ ਸੁੱਖ ਸਰਕਾਰੀਆਂ ਨੂੰ ਵੀ ਮੀਟਿੰਗ ਕਰ ਚੁੱਕੀ ਹਾਂ, ਮੈਂ ਡੀ ਸੀ ਸਾਹਿਬ ਕੋਲ ਵੀ ਬੰਦੇ ਜਾ ਕੇ ਮਿਲ ਚੁੱਕੇ ਹਾਂ। ਪਹਿਲਾਂ ਜਿਹੜਾ ਮਾਲ ਬਠਿੰਡੇ ਜਾਂਦਾ ਸੀ ਹੁਣ ਪਟਿਆਲੇ ਜਾਣ ਲੱਗ ਗਿਆ, ਉਹ ਕਿਉਂ ਮੁੱਦੇ ਚੱਕੂਗਾ? ਉਹ ਲੋਕਾਂ ਦੀ ਖੁਦਕੁਸ਼ੀਆਂ ਦੀ ਖੇਤੀ ਕਰਵਾ ਰਿਹਾ ਲੋਕਾਂ ਤੋਂ। ਲਾਸ਼ਾਂ ਦੇ ਮਹਿਲ ਬਣਾ ਲਓ ਆਪਦੇ, ਐਸ ਐਚ ਓ ਆ ਕੇ ਇਹਨਾਂ ਦੀ ਮਾਈਨਿੰਗ ਕਰਵਾ ਰਿਹਾ, ਇਹ ਮਾੜੀ ਤੇੜੀ ਗੱਲ ਤਾਂ ਹੈ ਨਹੀਂ। ਆਮ ਆਦਮੀ ਪਾਰਟੀ ਦੇ ਐੱਮ ਐੱਲ ਏ ਸਰਬਜੀਤ ਕੌਰ ਮਨੁੱਕੇ ਵੱਲੋਂ ਅੱਜ ਇਲੀਗਲ ਮਾਈਨਿੰਗ ਦੇ ਉੱਪਰ ਜਾ ਕੇ ਰੇਡ ਕੀਤੇ ਗਏ ਨੇ, ਸਾਡੇ ਨਾਲ ਮੌਜੂਦ ਨੇ ਐੱਮ ਐੱਲ ਏ ਸਰਬਜੀਤ ਕੌਰ ਮਨੁੱਕੇ ਜੀ। ਮੈਮ ਪੰਜਾਬ ਲੋਕ ਚੰਡੀਗੜ੍ਹ ਬਾਰਡਰ ਤੋਂ। ਹਾਂਜੀ ਮੈਮ, ਰੇਡ ਕੀਤੀ ਤੁਸੀਂ? ਰੇਡ ਨਹੀਂ ਕੀਤੀ, ਮੈਂ ਤਾਂ ਬੜੀ ਦੇਰ ਤੋਂ ਇਹਨਾਂ ਲੋਕਾਂ ਦੇ ਨਾਲ ਤੁਰੀ ਫਿਰਦੀ ਹਾਂ, ਕਿਉਂਕਿ ਜਦੋਂ ਇਹਨਾਂ ਦਾ ਕੰਡਾ ਬਣਨਾ ਸ਼ੁਰੂ ਹੋਇਆ ਸੀ ਮੈਂ ਉਦੋਂ ਕੈਪਟਨ ਸਾਹਿਬ ਨੂੰ ਕਿਹਾ ਸੀ ਵੀ ਕੰਡਾ ਹੀ ਨਾ ਬਣਨ ਦਿਓ, ਇਹ ਕੰਡਾ ਹੀ ਗਲਤ ਜਗ੍ਹਾ 'ਤੇ ਬਣ ਰਿਹਾ, ਕਿਉਂਕਿ ਇੱਥੋਂ ਤਾਂ ਬੰਨ ਟੁੱਟਦਾ ਹਰ ਵਾਰੀ। ਫਿਰ ਮੈਂ ਜਦੋਂ ਇਹਨਾਂ ਨੇ ਕੰਡਾ ਬਣਾ ਲਿਆ, ਪੱਕਾ ਘਰ ਵੀ ਬਣਾ ਲਿਆ, ਇੱਥੇ ਸਭ ਕੁਝ ਕਰ ਲਿਆ, ਉੱਧਰੋਂ ਤੁਸੀਂ ਦੇਖੋਗੇ ਜਿੱਥੋਂ ਰੇਤ ਤੋੜ ਤੋੜ ਕੇ ਇਹਨਾਂ ਨੇ ਕੱਢ ਕੱਢ ਕੇ ਟਿੱਪਰ ਚਲਾ ਚਲਾ ਕੇ ਇੱਕ ਪੂਰੀ ਨਹਿਰ ਚਲਾਤੀ, ਜਦੋਂ ਹੁਣ ਇਹ ਪਾਣੀ ਟੁੱਟਿਆ ਇਹ ਆ 70 ਪਿੰਡਾਂ ਦਾ ਨੁਕਸਾਨ ਹੋਣਾ, ਕਿਉਂਕਿ ਉਹ 70 ਪਿੰਡਾਂ ਦੇ ਵਿੱਚ ਮੇਰੇ ਵੀ ਪਿੰਡ ਆ। ਮੈਂ ਪਿਛਲੀ ਵਾਰ ਵੀ ਲੋਕਾਂ ਨੂੰ ਕਿਹਾ ਸੀ ਵੀ ਇਹਨਾਂ ਨੂੰ ਅਪੀਲ ਕਰਦੀ ਹਾਂ, ਇਹਨਾਂ ਨੂੰ ਕੱਪੜਾ ਦਿਓ, ਰੋਟੀ ਦਿਓ, ਪਾਣੀ ਦਿਓ, ਪਰ ਹੁਣ ਮੈਂ ਅਪੀਲ ਕਿਉਂ ਕਰਾਂ ਜਦੋਂ ਸਰਕਾਰ ਆਪ ਇਹਨਾਂ ਨੂੰ ਮਾਰਨ ਨੂੰ ਤਿਆਰ ਆ? ਪਹਿਲਾਂ ਤਾਂ ਸਰਕਾਰ ਜ਼ਿੰਮੇਵਾਰ ਆ ਇਹਨਾਂ ਦਾ ਨੁਕਸਾਨ ਹੁੰਦਾ ਤਾਂ ਜੀ। ਪਹਿਲਾਂ ਤੁਸੀਂ ਮੁੱਦਾ ਚੱਕਿਆ ਨਹੀਂ, ਤੁਸੀਂ ਹੁਣ ਚੱਕ ਰਹੇ ਹੋ, ਸਟਾਰਟਿੰਗ ਤੋਂ ਚੱਲਦਾ ਪਿਆ? ਨਾ ਜੀ ਨਾ, ਮੈਂ ਤਾਂ ਇਸ ਮੁੱਦੇ ਨੂੰ 3 ਮਹੀਨੇ ਤੋਂ ਚੱਕ ਰਹੀ ਹਾਂ, ਮੈਂ ਤਾਂ ਵਿਧਾਨ ਸਭਾ ਸੈਸ਼ਨ 'ਚ ਵੀ ਦੋ ਵਾਰੀ ਬੋਲ ਚੁੱਕੀ ਹਾਂ, ਮੈਂ ਸੁੱਖ ਸਰਕਾਰੀਆਂ ਨੂੰ ਵੀ ਮੀਟਿੰਗ ਕਰ ਚੁੱਕੀ ਹਾਂ, ਮੈਂ ਡੀ ਸੀ ਸਾਹਿਬ ਕੋਲ ਵੀ ਬੰਦੇ ਜਾ ਕੇ ਮਿਲ ਚੁੱਕੇ ਆ। ਇਹ ਸਟਾਰਟਿੰਗ ਦੇ ਵਿੱਚੋਂ ਜਦ ਇਹਦੀ ਜੜ ਸ਼ੁਰੂ ਹੋਈ ਸੀ ਮੈਂ ਉਦੋਂ ਤੋਂ ਮੁੱਦਾ ਚੱਕਿਆ ਹੋਇਆ, ਇਹ ਜੁਲਾਈ ਕਾਫੀ ਦੇਰ ਦੀ ਗੱਲ ਹੋ ਗਈ ਇਸ ਚੀਜ਼ ਨੂੰ, ਠੀਕ ਹੈ? ਲੋਕ ਜਾਣਦੇ ਆ ਪਿੰਡ ਵਾਲੇ, ਤੁਸੀਂ ਮੇਰੇ ਤੋਂ ਇਲਾਵਾ ਪਿੰਡ ਵਾਲੇ ਤੋਂ ਪੁੱਛ ਲਓ ਤੇ ਤੁਹਾਨੂੰ ਪਤਾ ਲੱਗ ਜਾਏਗਾ ਜੀ। ਏਰੀਆ ਕਿਹੜਾ ਜੀ? ਏਰੀਆ ਇਹ ਇਹਨਾਂ ਨੂੰ ਖੱਡ ਤਾਂ ਹੁਜਰੇ ਦੀ ਅਲੋਟ ਹੋਈ ਆ, ਪਰ ਏਰੀਆ ਇਹ ਖੁਰਸ਼ੈਦਪੁਰ ਮੱਧਿਆਪੁਰ ਮੇਰੀ ਜਗਰਾਉਂ 'ਚ, ਠੀਕ ਹੈ, ਹਲਕਾ ਜਗਰਾਉਂ। ਅਗਲੀ ਗੱਲ ਇਹ ਆ ਵੀ 6 ਕਿਲੋਮੀਟਰ ਦੂਰ 'ਤੇ ਇਹਨਾਂ ਦੀ ਜਿਹੜੀ ਖੱਡ ਹੈ। ਲਗਾਤਾਰ ਇੱਦਾਂ ਦੇ ਮੁੱਦੇ ਲਗਾਤਾਰ ਸਿਆਸਤਦਾਨਾਂ ਵੱਲੋਂ ਵੀ ਮੁੱਦੇ ਚੁੱਕੇ ਜਾਂਦੇ ਨੇ, ਪਹਿਲਾਂ ਵੀ ਕਈ ਵਾਰ ਵੀ ਕੋਈ ਸਿਆਸਤਦਾਨਾਂ ਵੱਲੋਂ ਲੀਡਰਾਂ ਵੱਲੋਂ ਵੀ ਇਲੀਗਲ ਮਾਈਨਿੰਗ ਦੇ ਉੱਪਰ ਗੱਲਾਂ ਹੁੰਦੀਆਂ ਨੇ, ਅਸਰ ਤਾਂ ਕੋਈ ਦਿਖਾਈ ਨਹੀਂ ਦਿੰਦਾ। ਦੇਖੋ ਜੀ, ਅਸਰ ਕਰਨਾ ਉਹਨਾਂ ਨੇ ਜਿਨ੍ਹਾਂ ਨੇ ਇਹਨੇ 'ਤੇ ਕਰਨਾ, ਕੈਪਟਨ ਸਾਹਿਬ ਜਹਾਜ਼ਾਂ ਤੋਂ ਬੈਠੇ ਤਾਂ ਅਸਰ ਕਰ ਦਿੰਦੇ ਆ, ਥੱਲੇ ਉਤਰ ਕੇ ਆਉਣਾ। ਜੇ ਹੁਣ ਮੈਂ ਮੰਤਰੀ ਕੋਲੇ ਮਿਲਿਆ ਜੀ, ਮੁੱਖ ਮੰਤਰੀ ਕੋਲੇ ਬੋਲਤਾ, ਮੈਂ ਵਿਧਾਨ ਸਭਾ ਦੇ ਵਿੱਚ ਪੂਰੀ ਆਵਾਜ਼ ਚੱਕ ਲਈ, ਆਹ ਲੋਕ ਮੈਨੂੰ ਅੱਧੀ ਰਾਤ ਆਵਾਜ਼ ਮਾਰਦੇ, ਮੈਂ ਖੜ੍ਹੀ ਹੁੰਦੀ ਹਾਂ, ਹੋਰ ਮੈਂ ਕੀ ਕਰ ਸਕਦੀ ਹਾਂ? ਸਾਡੀ ਵਿਰੋਧੀ ਧਿਰ ਨੇ ਆਵਾਜ਼ ਹੀ ਚੱਕਣੀ ਹੈ, ਅਸੀਂ ਚੱਕ ਰਹੇ ਹਾਂ। ਜਿਹੜਾ ਰਾਜਾ ਪਹਿਲਾਂ ਜਿਹੜਾ ਮਾਲ ਬਠਿੰਡੇ ਜਾਂਦਾ ਸੀ ਹੁਣ ਪਟਿਆਲੇ ਜਾਣ ਲੱਗ ਗਿਆ, ਉਹ ਕਿਉਂ ਮੁੱਦੇ ਚੱਕੂਗਾ? ਉਹ ਲੋਕਾਂ ਦੀ ਖੁਦਕੁਸ਼ੀਆਂ ਦੀ ਖੇਤੀ ਕਰਵਾ ਰਿਹਾ ਲੋਕਾਂ ਤੋਂ, ਲਾਸ਼ਾਂ ਦੇ ਮਹਿਲ ਬਣਾ ਲਓ ਆਪਦੇ। ਤੁਹਾਨੂੰ ਕੀ ਲੱਗਦਾ ਅਸਰ ਹੋਊਗਾ ਤੁਹਾਡੇ? ਬਿਲਕੁਲ ਹੋਏਗਾ, ਮੈਂ ਖੜੀ ਹਾਂ, ਅਸੀਂ ਬੰਦ ਕਰਕੇ ਜਾਵਾਂਗੇ, ਟਿੱਪਰ ਬਾਹਰ ਕਢਾ ਲਾਂਗੇ ਅਤੇ ਇਹਨਾਂ ਨੂੰ ਕਹਾਂਗੇ ਬੰਦਿਆਂ ਵਾਂਗੂ ਕੰਮ ਕਰ ਲਓ, ਆਪਦੇ ਪਰੇ ਚਲੇ ਜਾਓ, ਮਾਈਨਿੰਗ ਪਲਾਨ ਦਿਖਾ ਦਿਓ ਸਾਨੂੰ, ਪ੍ਰੋਪਰ ਲੀਗਲ ਚੀਜ਼ਾਂ ਦਿਖਾ ਦਿਓ, ਸਾਨੂੰ ਤਿਆਰ ਆ। ਸਭ ਤੋਂ ਵੱਡੀ ਹੈਰਾਨੀ ਵਾਲੀ ਗੱਲ ਇਹ ਆ, ਡੀ ਸੀ ਸਾਹਿਬ, ਐੱਸ ਡੀ ਐੱਮ, ਪਟਵਾਰੀ, ਤਹਿਸੀਲਦਾਰ ਸਭ ਬੈਠੇ ਆ, ਸਭ ਨੂੰ ਪਤਾ ਨਹੀਂ ਵੀ ਹੁਜਰਾ ਕਿੱਥੇ ਆ ਅਤੇ ਆਹ ਕਿੱਥੇ ਆ, ਹੱਦਬੰਦੀ ਕਿੱਥੇ ਆ, ਰਸਤਾ ਕਿਹੜਾ, ਪੁਲ ਦੇ ਥੱਲੋਂ ਤਾਂ ਇੱਕ ਟਰਾਲੀ ਟਿੱਪਰ ਨਹੀਂ ਨਿਕਲ ਸਕਦਾ, 100-100 ਕੱਢਦੇ। ਮਤਲਬ ਪੂਰਾ ਸਿਆਸਤਦਾਨ ਦਾ ਪੂਰਾ ਹੱਥ ਹੈ ਇਹਨਾਂ ਦੇ ਵਿੱਚ, ਸਿਆਸਤਦਾਨਾਂ ਦਾ। ਬਿਨਾਂ ਮੁੱਖ ਮੰਤਰੀ ਦੀ ਸ਼ਹਿ ਤੋਂ ਕੱਖ ਹੋ ਹੀ ਨਹੀਂ ਸਕਦਾ, ਮੈਂ ਇੱਕ ਗੱਲ ਕਹਿਣੀ ਆ, ਚੱਲ ਮੈਂ ਮੰਨਦੀ ਹਾਂ ਸਿਆਸਤਦਾਨਾਂ ਦੇ ਹੱਥ ਨਹੀਂ, ਆਹ ਵੀਰ ਦਾ ਘਰ ਟੁੱਟਿਆ ਹੋਇਆ, ਉਹਨੂੰ ਕਿਹਾ ਇੱਕ ਟਰਾਲੀ ਚੁਕਾ ਕੇ ਦਿਖਾ ਦੇ ਇੱਥੋਂ, ਐੱਸ ਐੱਚ ਓ ਆ ਕੇ ਇਹਨਾਂ ਦੀ ਮਾਈਨਿੰਗ ਕਰਵਾ ਰਿਹਾ, ਇਹ ਮਾੜੀ ਤੇੜੀ ਗੱਲ ਤਾਂ ਹੈ ਨਹੀਂ। ਇਹਦਾ ਘਰ ਡਿੱਗਣ ਵਾਲਾ, ਇਹਨੂੰ ਕਹੇ ਅਸੀਂ ਖੜ੍ਹੇ ਹਾਂ, ਚੈਨਲ ਲੈ ਕੇ ਖੜ੍ਹੇ ਹਾਂ, ਇਹ ਵੀ ਚੱਕ ਰਿਹਾ, ਤੂੰ ਟਰਾਲੀ ਚੱਕ ਕੇ ਲੈ ਜਾ। ਇਹਨੂੰ ਤਾਂ ਪਰਚਾ ਵੀ ਕਰਨਗੇ, ਅੰਦਰ ਵੀ ਦੇਣਗੇ, 3 ਮਹੀਨੇ ਵੀ ਰੱਖਣਗੇ, ਕੁੱਟਣਗੇ, ਮਾਰਨਗੇ ਵੀ, ਆਹ ਟਿੱਪਰ ਇਹਨਾਂ ਨੂੰ ਦੀਦੇ ਨਹੀਂ,
ਇਹ ਸਿਆਸਤਦਾਨਾਂ ਦੀ ਕੰਮ ਆ, ਦੇਖ ਲਓ ਟਿੱਪਰ ਕਿੰਨਾ ਉੱਚਾ ਮਨਵਾ ਲਓ ਖੜੇ ਹੋ ਤੇ ਮਾਈਨਿੰਗ ਫੇਰ ਵੀ ਚੱਲੀ ਜਾ ਰਹੀ ਹੈ ਜੀ, ਇਹਨਾਂ ਨੂੰ ਕੋਈ ਡਰ ਹੀ ਨਹੀਂ ਹੈ, ਉਹ ਦੇਖੋ ਆ ਦੇਖੋ ਸਾਹਮਣੇ ਹੋ ਰਹੀ ਹੈ, ਇਸ ਟਾਈਮ ਵੀ ਗੁੰਡਾਗਰਦੀ ਦੇਖੋ, ਆ ਜੋ ਚੱਲੇ ਟਿੱਪਰ ਦੇਖੋ ਇਹਨਾਂ ਨੇ ਅੱਜ ਤੱਕ ਦੇਖੀ ਨਹੀਂ ਸਰਕਾਰ ਸਰਕਾਰਾਂ ਵੱਲੋਂ ਥੋੜਾ ਜਿਹਾ ਹੋਰ ਚੱਲ ਰਹੀ ਹੈ, ਹਾਂਜੀ ਥੋੜਾ ਜਿਹਾ ਐਮਐਲਏ ਸਾਹਿਬ ਅੱਗੇ ਹੋ, ਚਲੋ ਥੋੜਾ ਜਿਹਾ ਹੋਰ ਵੇਖੋ ਦੇਖੋ ਹਾਂਜੀ ਟਿੱਪਰ ਦੇਖੋ, ਇਹ ਸੀ ਸਰਜੀਤ ਕੌਰ ਮੁਕੇ ਜਿਨ੍ਹਾਂ ਦਾ ਕਹਿਣਾ ਕਿ ਇਹ ਲੀਗਲ ਮਾਈਨਿੰਗ ਚੱਲ ਰਹੀ ਹੈ, ਤਸਵੀਰਾਂ ਤੁਸੀਂ ਦੇਖ ਸਕਦੇ ਕਿਵੇਂ ਕਿ ਟਿੱਪਰ ਭਰੇ ਜਾ ਰਹੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰੇਤ ਭਰੇ ਜਾ ਰਹੇ ਟਿੱਪਰ, ਹਾਂਜੀ ਹਾਂਜੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਸਾਫ ਕਿ ਕਿੱਦਾਂ ਟਿੱਪਰਾਂ ਵਿੱਚ ਰੇਤ ਭਰੀ ਜਾ ਰਹੀ ਹੈ, ਤੁਸੀਂ ਸਾਫ ਤਸਵੀਰਾਂ ਦੇਖ ਸਕਦੇ ਹੋ, ਚਲੋ ਚਲੋ ਨੰਗ ਚਲੋ ਕਿਉਂ ਡਰ। ਇਹ ਸੀ ਸਰਬਜੀਤ ਕੌਰ ਮਨੁੱਕੇ ਜਿਨ੍ਹਾਂ ਦਾ ਕਹਿਣਾ ਕਿ ਇੱਦਾਂ ਦੇ ਮਾਮਲਿਆਂ ਵਿੱਚ ਕਿਤੇ ਨਾ ਕਿਤੇ ਸਿਆਸਤਦਾਨਾਂ ਦਾ ਜ਼ਰੂਰ ਹੱਥ ਹੁੰਦਾ। ਕੈਮਰਾਮੈਨ ਪਵਨ ਦੇ ਨਾਲ ਲਖਵਿੰਦਰ ਸਿੰਘ, ਪੰਜਾਬੀ ਲੋਕ ਚੈਨਲ, ਲੁਧਿਆਣਾ।